ਬਿਲਕੁਲ ਪੂਰੇ ਵਰਡ ਦੀਆਂ ਫਾਂਸੀ ਦੀ ਮੰਗ ਸੀਗੀ, ਦੁਆਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ। ਅੱਜ ਤੁਸੀਂ ਫਿਰ ਨਮਨ ਕਰਨ ਵਾਸਤੇ ਜਗ੍ਹਾ ਤੇ ਪਹੁੰਚੇ ਹੋ, ਜਿਸ ਜਗ੍ਹਾ ਦੇ ਉੱਤੇ ਬੇਰਹਿਮਾਨ ਹਾਊਸ ਜਿਹੜਾ ਛੱਪਿਆ ਗਿਆ ਸੀ, ਲੱਗਦਾ ਕਿ ਜਿਹੜੀਆਂ ਯਾਦਾਂ ਨੇ ਬਾਰ ਬਾਰ ਉਠਾਉਂਦੀਆਂ ਨੇ। ਬਿਲਕੁਲ, ਇੱਥੇ ਖੜ ਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜ ਕੇ। ਬੇਟੀ ਦੀ ਫੋਟੋ ਹਮੇਸ਼ਾ ਤੁਸੀਂ ਆਪਣੇ ਨਾਲ ਰੱਖਦੇ ਹੋ, ਅੱਜ ਵੀ ਉਨਾ ਹੀ ਯਾਦ ਆਉਂਦੀ ਜਿੰਨਾ ਉਸ ਸਮੇਂ ਦੇ ਜੋ ਹਾਲਾਤ ਸੀ, ਅੱਖਾਂ ਮੁਰੇ ਆਉਂਦੀਆਂ ਤਸਵੀਰਾਂ। ਬਿਲਕੁਲ, 2.5 ਸਾਲ ਦਾ ਸੰਘਰਸ਼ ਵਿੱਚ ਇੱਕ ਇੱਕ ਦਿਮਾਗ 'ਚ ਭੁਲੇਖਾ ਸੀ ਕਿ ਉਹਨੂੰ ਸਜ਼ਾ ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ, ਪਰ ਨਹੀਂ, ਮੈਂ ਫਿਰ ਵੀ ਅਜੇ ਖਾਲੀ ਹੱਥਾਂ ਕੋਈ ਦਿਲ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ। ਬਿਲਕੁਲ ਜਾਂਦੇ ਹਾਂ, ਸਾਰੀਆਂ ਸੰਗਤ ਦੀਆਂ ਅਰਦਾਸਾਂ ਸੀ ਉਹਨੂੰ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਵੇ, ਸੰਗਤ ਦੀ ਅਰਦਾਸਾਂ 'ਤੇ ਬੂਰ ਪਿਆ ਜੱਜ ਸਾਹਿਬ ਦਾ, ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ, ਮੇਰੇ ਵਕੀਲ ਪਰਿਵਕਾਰ ਘੁੰਮਣ ਜੀ, ਬੀ ਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਆ ਜੀ। ਜੀ ਅੱਜ ਇਸ ਜਗ੍ਹਾ ਤੇ ਉਹ ਪਾਪੜ ਨੇ ਆ ਕੇ ਉਹਨੂੰ ਦੱਬਿਆ ਸੀਗਾ ਜੀ, ਸਿਰ ਚਿੱਟਾ ਮਾਰੀਆਂ ਸੀਗੀਆਂ ਜੀ, ਹੁਣ ਅਰਦਾਸ ਕਰਦਾ ਸੱਚੇ ਪਾਤਸ਼ਾਹ ਬਾਬਾ ਜੀ, ਸਾਰੀ ਸੰਗਤ ਅਰਦਾਸ ਕਰੋ ਸਾਡੇ ਦਿਲੋਂ ਜੁੜ ਸਾਡੇ ਘਰੇ ਫੇਰ ਵਾਪਸ ਆ ਜਾਓ, ਉਹੀ ਸਭ ਕਲਕਾਰੀਆਂ ਸਾਡੇ ਘਰੇ ਫੇਰ ਵੱਜਣ ਜੀ। ਲੱਗਦਾ ਕਿ ਇੱਕ ਵੱਡਾ ਸੋਚਾ ਜਿਹੜਾ ਕਦੇ ਵੀ ਨਹੀਂ ਜਿਹੜਾ ਗਿਆ ਹੀ ਨਹੀਂ ਜਾ ਸਕਦਾ, ਬੇਸ਼ੱਕ ਜਿਹੜੀ ਆ ਸਜ਼ਾ ਵੀ ਜਿਹੜੀ ਉਸ ਆਰੋਪੀ ਨੂੰ ਉਸ ਦੋਸ਼ੀ ਨੂੰ ਮਿਲ ਚੁੱਕੀ। ਨਹੀਂ ਜੀ, ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ, ਸਾਰੀ ਉਮਰ ਨਹੀਂ ਭੁੱਲ ਸਕਦੇ ਜੀ ਜੋ ਉਹਨੇ ਕੀਤਾ ਜੀ। ਪਹਿਲਾਂ ਤਾਂ ਮੈਂ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਸਿਰ 'ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਦਵਾਇਆ ਜੀ। ਦੂਜੇ ਨੰਬਰ 'ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ, ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ, ਇਹਨਾਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆ ਇਹ, ਕਿਉਂ ਪੂਰਾ ਇਨਸਾਫ ਦਿੱਤਾ, ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ। ਬਾਕੀ ਮੇਰੇ ਵਕੀਲ ਆ ਪਰਉਪਕਾਰ ਘੁੰਮਣ, ਇਹਨਾਂ ਨੇ ਮੇਰੇ ਤੋਂ ਅੱਜ ਤੱਕ ਇੱਕ ਰੁਪਈਆ ਨਹੀਂ ਲਿਆ, ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ 'ਚ ਵੀ, ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ, ਕਹਿੰਦੇ ਇਹ ਕੇਸ ਦਾ ਨਹੀਂ, ਕਹਿੰਦੇ ਕੋਈ ਵੀ ਪਰਮਾਤਮਾ ਨਾ ਕਰੇ ਤੁਹਾਡੇ ਕੋਲ ਲੋੜ ਪਈ ਹੈ, ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਊਂਗਾ। ਤੈ ਦਿਲੋਂ ਇਹਨਾਂ ਦਾ ਸ਼ੁਕਰਾਨਾ ਕਰਦਾ ਅਤੇ ਬੀ ਡੀ ਗੁਪਤਾ ਜੀ ਦਾ, ਇਹਨਾਂ ਦੇ ਜੋ ਮੈਂ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਅਤੇ ਪਰਿਵਕਾਰ ਘੁੰਮਣ ਜੀ ਦੀ ਬਦੌਲਤ ਜਿੱਤ ਸਕਦੇ। ਸਰ ਅੱਜ ਨਮਨ ਕਰਨ ਵਾਸਤੇ ਪਹੁੰਚੇ ਹੋਣ, ਲੱਗਦਾ ਕਿ ਜਿਹੜੀ ਆ ਮਤਲਬ ਧੀਆਂ ਜਿਹੜੀਆਂ ਨੇ ਕਦੇ ਦਿਲੋਂ ਵਿਸਾਰੀਆਂ ਨਹੀਂ ਜਾ ਸਕਦੀਆਂ, ਬੇਸ਼ੱਕ ਉਹ ਦੂਰ ਹੋ ਚੁੱਕੀ ਆ ਕਾਫੀ। ਇਹ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ, ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ, ਮੈਂ ਤਾਂ ਜਦੋਂ ਮੇਰੇ ਜਦੋਂ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ, ਜਦੋਂ ਮੇਰੇ ਦਿਲੋਂ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ, ਇਹਨੂੰ ਢੋਲ ਢਮੱਕੇ ਪੂਰੇ ਠਾਰ ਨਾਲ ਲੈ ਕੇ ਗਿਆ ਸੀ ਘਰੇ। ਅੱਜ ਹੁਣ ਇਹਦੇ ਅਸਲੀ ਘਰੇ ਮੈਂ ਆਇਆ ਜਿੱਥੇ ਉਹ ਪਾਪਨ ਡੈਨ ਉਹਨੂੰ ਘਰ ਬਣਾ ਕੇ ਗਈ ਆ, ਇੱਥੇ ਮੈਂ ਉਹਨੂੰ ਬੇਨਤੀਆਂ ਕਰਨ ਆਇਆ ਝੋਲੀਆਂ ਅੱਡ ਕੇ, ਲੈ ਦਿਲੋਂ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ, 2 ਸਾਲ ਅਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ, ਹੁਣ ਮੈਂ ਤੈਨੂੰ ਪੁੱਤ ਮੈਂ ਲਾਲ ਲੈਣ ਆਇਆ, ਹੁਣ ਹੁਣ ਮੇਰੇ ਨਾਲ ਤੁਹਾਡੇ ਬੇਨਤੀਆਂ ਕਰਦਾ ਤੁਹਾਡੇ ਜਿਹੜੀ, ਲੈ ਹੁਣ ਮੇਰੇ ਘਰ ਆ ਜਾਵੇ ਹੁਣ ਤੈਨੂੰ। ਕਦੇ ਵੀ ਭੁੱਲ ਨਹੀਂ ਸਕਦੇ, ਬੇਸ਼ੱਕ ਜਿਹੜੀ ਫੈਸਲਾ ਦਾ ਜਿਹੜਾ ਸੁਣਾਈ ਦਿੱਤਾ ਗਿਆ ਮਾਂ ਦੇ ਬਦਾਲ ਕੋਲੋਂ, ਪਰ ਭੁੱਲਿਆ ਨਹੀਂ ਜਾ ਸਕਦਾ। ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ, ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ, ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ, ਮੈਂ ਤਾਂ ਭੁੱਲ ਨਹੀਂ ਸਕਦਾ, ਮੈਂ ਤਾਂ ਹਰ ਟਾਈਮ ਮੇਰੇ ਯਾਦ ਆ ਜੀ। ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ, 2.5 ਸਾਲ ਪਹਿਲਾਂ ਜਦੋਂ ਇਹ ਹੋਈ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ
ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਘਿਨਾਉਣਾ ਕਾਂਡ ਕੋਈ ਕਰ ਸਕਦਾ, ਘਿਨਾਉਣੀ ਹਰਕਤ ਕਰ ਸਕਦਾ, ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰਦੀ ਹੈ। ਔਰ ਬੜਾ ਹੀ ਮਨ ਖਰਾਬ ਹੋਇਆ, ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਬਈ ਅੱਜ ਦਾ ਸਿਸਟਮ ਸਾਡਾ ਕਿੱਦਾਂ ਦਾ ਹੋ ਗਿਆ। ਔਰ 2.5 ਸਾਲ ਲਗਾਤਾਰ ਫਿਰ ਕੋਰਟ ਦੇ ਵਿੱਚ, ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ ਬੜੇ ਲੋਕ ਵੀ ਇਸ ਦੁਨੀਆਂ 'ਚ ਬਹੁਤ ਨੇ, ਪਰ ਕਾਰ ਸਿੰਘ ਘੁੰਮਣ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ, ਉਹ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲਿੱਤਾ ਹਰਪ੍ਰੀਤ ਸਿੰਘ ਉਹਨਾਂ ਤੋਂ, ਉਹਨਾਂ ਦੇ ਪਰਿਵਾਰ ਤੋਂ, ਬੱਚੀ ਦੇ ਮਾਂ ਬਾਪ ਤੋਂ, ਕੋਈ ਬਿਨਾਂ ਪੈਸਾ ਲਿੱਤਾ ਉਹਨਾਂ ਨੇ ਇਹ ਕੇਸ ਨੂੰ ਲੜਿਆ। ਔਰ ਕੱਲ੍ਹ ਫੈਸਲਾ ਆਇਆ, ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਉਂਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੈ। ਔਰ ਪਰ ਅੱਜ ਵੀ ਮਨ ਨੂੰ ਇਹ ਕਿਤੇ ਨਾ ਕਿਤੇ ਮਲਾਲ ਹੈ ਕਿ ਉਹ ਛੋਟੀ ਬੱਚੀ ਚਲੀ ਗਈ ਹੈਗੀ। ਲੱਗਦਾ ਕਿ ਲੋਕਾਂ ਲਈ ਜਿਹੜਾ ਸਭ ਤੋਂ ਬਣੂਗਾ ਜਿਸ ਤਰ੍ਹਾਂ ਦਾ ਜਿਹੜਾ ਫੈਸਲਾ ਮਾਨਯੋਗ ਕੋਰਟ ਵੱਲੋਂ ਸੁਣਾਇਆ ਗਿਆ? ਨਹੀਂ, ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਇੱਦਾਂ ਦੇ ਘਿਨਾਉਣੇ ਕਾਂਡ ਹੁੰਦੇ ਆ, ਜਦੋਂ ਇੱਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ, ਅਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗਿਓਂ ਕੋਈ ਇੱਦਾਂ ਦੀ ਕੋਈ ਗੱਲ ਨਾ ਕਰੇ, ਅੱਗਿਓਂ ਇੱਦਾਂ ਦਾ ਦੁਬਾਰਾ ਫਿਰ ਕੋਈ ਐਸਿਆਂ ਦੀ ਦਹਿਸ਼ਤ ਭਰੀ ਘਟਨਾ ਨਾ ਹੋਵੇ, ਅਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ, ਉਹ ਵਾਕਈ ਸ਼ਲਾਘਾਯੋਗ ਹੈਗਾ।